ਪੰਜਾਬ ਵਿੱਚ ਅਵਾਰਾ ਪਸ਼ੂਆਂ ਦੇ ਕਾਰਨ ਦਿਨੋ ਦਿਨ ਹਾਦਸਿਆਂ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਇਸ ਤਹਿਤ ਨਾਭਾ ਦੇ ਰੇਲਵੇ ਸਟੇਸ਼ਨ ਦੇ ਨਜ਼ਦੀਕ ਮਾਲ ਗੱਡੀ ਦੇ ਨੀਚੇ ਅਵਾਰਾ ਪਸ਼ੂ ਆਉਣ ਕਾਰਨ ਗੱਡੀ ਦਾ ਇੱਕ ਡੱਬਾ ਲੈ ਕੇ ਨੀਚੇ ਉਤਰ ਗਿਆ ਅਤੇ ਡਰਾਈਵਰ ਦੀ ਸੂਝਬੂਝ ਨਾਲ ਡਰਾਈਵਰ ਨੇ ਐਮਰਜੈਂਸੀ ਬ੍ਰੇਕ ਲਗਾ ਦਿੱਤੀ, ਜਿਸ ਕਾਰਨ ਵੱਡਾ ਹਾਦਸਾ ਹੋਣ ਤੋਂ ਬਚ ਗਿਆ। ਇਸ ਮੌਕੇ ਤੇ ਟ੍ਰੇਨ ਦੀ ਉਡੀਕ ਕਰਨ ਵਾਲੇ ਯਾਤਰੀਆਂ ਨੇ ਕਿਹਾ ਕਿ ਇਹ ਹਾਦਸਾ ਅਵਾਰਾ ਪਸ਼ੂ ਦੇ ਨਾਲ ਵਾਪਰਿਆ ਹੈ ਅਤੇ ਟਰੈਕ ਤੇ ਟ੍ਰੇਨਾਂ ਦੀ ਆਵਾਜਾਈ ਬੰਦ ਹੋ ਗਈ ਹੈ। ਇਸ ਮੌਕੇ ਸਟੇਸ਼ਨ ਮਾਸਟਰ ਨੇ ਕਿਹਾ ਕਿ ਅਸੀਂ ਇਸ ਹਾਦਸੇ ਦੇ ਸੰਬੰਧ ਵਿੱਚ ਅੰਬਾਲਾ ਹੈੱਡ ਆਫਿਸ ਵਿੱਚ ਸੂਚਿਤ ਕਰ ਦਿੱਤਾ ਹੈ ਅਤੇ ਅੰਬਾਲਾ ਤੋਂ ਟਰੈਕ ਕਲੀਅਰ ਕਰਨ ਲਈ ਠੀਕ ਕਰਨ ਆਵੇਗੀ ਅਤੇ ਇਸ ਦੇ ਨਾਲ ਕਾਫੀ ਟ੍ਰੇਨਾਂ ਪ੍ਰਭਾਵਿਤ ਹੋਈਆਂ ਹਨ। ਹਮਨੇ ਜੈਸੇ ਗਾਏ ਆਈ ਆਗੇ ਤਿੰਨ ਗਾਏ ਆਈ ਥੀ ਹਮਨੇ ਐਮਰਜੈਂਸੀ ਮਾਰੀ ਤੋ ਐਮਰਜੈਂਸੀ ਮਾਰੀ ਤੋ ਗਾੜੀ ਹਮਾਰੀ ਨਿਕਲ ਕੇ ਜੋ ਗਾੜੀ ਇੰਜਨ ਸੇ ਦੂਸਰੀ ਗਾੜੀ ਡਰੇਲ ਹੋ ਗਈ ਗਿਰ ਗਈ ਹੈ ਲਾਈਨ ਸੇ ਹਾਂ ਦੋ ਦੂਸਰੀ ਗਾੜੀ ਇੰਜਨ ਸੇ ਦੂਸਰੀ ਗਾੜੀ ਹੁਣ ਬਠਿੰਡੇ ਤੋਂ ਪੈਸੰਜਰ ਗੱਡੀ ਆਉਣੀ ਨੇ ਦੋ ਅਤੇ ਇੱਧਰੋਂ ਮੇਲ ਗੱਡੀ ਵੀ ਆਉਣੀ ਬਠਿੰਡੇ ਤੋਂ ਇਸ ਤੋਂ ਤਿੰਨ ਚਾਰ ਹਾਂਜੀ ਉਹ ਜਾਨਵਰ ਮਰ ਚੁੱਕੇ ਗਊ ਸੀਗੀ ਉਹ ਗੱਡੀਆਂ ਕਾਫੀ ਪ੍ਰਭਾਵਿਤ ਹੋਣਗੀਆਂ ਜਿੰਨਾ ਚਿਰ ਨਹੀਂ ਕਲੀਅਰ ਹੁੰਦਾ ਟਰੈਕ ਉਨਾ ਚਿਰ ਸਾਰੀਆਂ ਗੱਡੀਆਂ ਪ੍ਰਭਾਵਿਤ ਨਹੀਂ। ਨਾਭਾ ਤੋਂ ਬ੍ਰਿਜ ਖਨਾਲ ਦੀ ਰਿਪੋਰਟ ਚੈਨਲ 2।